ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਦੇ ਵਿੱਚ। ਤਾਂ ਦੋਸਤੋ ਅੱਜ ਦੀ ਵੈਕੈਂਸੀ ਲੈ ਕੇ ਆਏ ਹਾਂ ਜੀ। ਇਹ ਜਿਹੜੀ ਵੈਕੈਂਸੀ ਹੈ ਇਹ ਅਨਾਊਂਸ ਹੋਈ ਹੈ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਜਲੰਧਰ ਦੇ ਵਿੱਚ, ਅਤੇ ਸਿੱਧਾ ਹੋਏਗਾ ਦੋਸਤੋ ਇਸ ਵੈਕੈਂਸੀ ਦਾ ਇੰਟਰਵਿਊ। ਵੈਕੈਂਸੀ ਹੋ ਰਹੀ ਹੈ ਦੋਸਤੋ ਸੈਸ਼ਨ 2019 ਵੀ ਵਾਸਤੇ, ਅਤੇ ਇੱਥੇ ਜਿਹੜੀ ਪੋਸਟ ਅਨਾਊਂਸ ਹੋਈ ਹੈ ਜੀਓਗ੍ਰਾਫੀ ਲੈਕਚਰਾਰ ਦੀ ਪੋਸਟ ਅਨਾਊਂਸ ਹੋਈ ਹੈ। ਸਿੱਧਾ ਇਸਦਾ ਇੰਟਰਵਿਊ ਹੋਏਗਾ 1/10/2019 ਨੂੰ ਸਵੇਰੇ 11 ਵਜੇ। ਤੁਸੀਂ ਇਹਨਾਂ ਦੇ ਦਫ਼ਤਰ ਨਿਮਨ ਹਸਤਾਖਰੀ 'ਤੇ ਪਹੁੰਚ ਜਾਣਾ ਹੈ ਜੀ, ਅਤੇ ਕੋਈ ਕਿਰਾਇਆ ਭਾੜਾ ਤੁਹਾਨੂੰ ਨਹੀਂ ਦਿੱਤਾ ਜਾਵੇਗਾ। ਤੁਸੀਂ ਆਪਣੇ ਨਾਲ ਸਾਰੇ ਆਪਣੇ ਡਾਕੂਮੈਂਟ ਜਿਹੜੇ ਹੈ ਉਹ ਲੈ ਕੇ ਜਾਣੇ ਹੈ, ਅਤੇ ਨਾਲ ਦੀ ਨਾਲ ਉਹਨਾਂ ਦੀ ਕਾਪੀਆਂ ਵੀ ਲੈ ਕੇ ਜਾਣੀ ਹੈ। ਅੱਗੇ ਦੋਸਤੋ ਗੱਲ ਕਰੀਏ ਇਸਦੀ ਕੁਆਲੀਫਿਕੇਸ਼ਨ ਦੀ, ਤਾਂ ਤੁਹਾਡਾ UGC ਜਿਹੜਾ ਹੈ ਕਲੀਅਰ ਹੋਣਾ ਚਾਹੀਦਾ ਹੈ, ਅਤੇ ਤੁਹਾਡੀ ਜਿਹੜੀ ਸੈਲਰੀ ਹੈ ਜੀ ਉਹ ਦਿੱਤੀ ਜਾਵੇਗੀ ਪੰਜਾਬ ਸਰਕਾਰ ਦੇ ਰੂਲ ਮੁਤਾਬਿਕ। ਸੋ ਦੋਸਤੋ ਇਹ ਸੀ ਅੱਜ ਦੀ ਵੈਕੈਂਸੀ ਡਿਟੇਲ। ਮਿਲਾਂਗੇ ਨੈਕਸਟ ਵੀਡੀਓ ਵਿੱਚ ਨਵੀਂ ਵੈਕੈਂਸੀ ਡਿਟੇਲ ਲੈ ਕੇ। ਉਦੋਂ ਤੱਕ ਦੇ ਲਈ ਰੱਬ ਰਾਖਾ।